ਸਤਿ ਸ਼੍ਰੀ ਅਕਾਲ ਜੀ, ਆਪਾਂ ਜਿਹੜਾ ਹੈਗਾ ਡੀ ਪੀ ਐੱਸ ਪਬਲਿਕ ਸਕੂਲ ਜਿਹੜਾ ਉੱਥੇ ਖੜ੍ਹੇ ਹਾਂ, ਆਪਾਂ ਦੇਖ ਸਕਦੇ ਕਿ ਇੱਥੇ ਐੱਸ ਐੱਸ ਬੋਰਡ ਜਿਹੜਾ ਪੰਜਾਬ ਐੱਸ ਬੋਰਡ ਦੇ ਜਿਹੜਾ ਟੈਸਟ ਸੀਗਾ ਕਲਰਕਾਂ ਦਾ, ਉਸ ਵਾਸਤੇ ਜਿਹੜਾ ਬੱਚੇ ਇੱਥੇ ਆਏ, ਕਾਫੀ ਦੂਰੋਂ ਦੂਰੋਂ ਬੱਚੇ ਆਏ ਹੋਏ ਆ। ਔਰ ਇਹਨਾਂ ਦਾ ਕਹਿਣਾ ਕਿ ਇਹਨਾਂ ਨੂੰ ਜਿਹੜੀ ਪੇਪਰ ਦੇ ਵਿੱਚ ਇੰਟਰੀ ਨਹੀਂ ਹੋਣ ਦਿੱਤੀ ਗਈ ਹੈਗੀ, ਕਿਉਂਕਿ ਇਹ ਕੁਛ ਮਿੰਟ ਜਿਹੜਾ ਹੈਗਾ ਦੱਸਿਆ ਜਾ ਰਿਹਾ ਕਿ ਲੇਟ ਹੋ ਗਿਆ। ਔਰ ਇਸ ਸੰਬੰਧੀ ਜਿਹੜਾ ਹੈਗਾ ਬੱਚੇ ਕਾਫੀ ਦੂਰ ਤੋਂ ਜਿਹੜਾ ਦੱਸਿਆ ਜਾ ਰਿਹਾ ਕਿ ਬਠਿੰਡਾ, ਫਿਰੋਜ਼ਪੁਰ ਵਗੈਰਾ ਤੋਂ ਬੱਚੇ ਜਿਹੜੇ ਇੱਥੇ ਆਏ ਹੋਏ ਪੇਪਰ ਦੇਣ ਲਈ, ਪਰ ਉਹਨਾਂ ਦੀ ਇੰਟਰੀ ਜਿਹੜੀ ਹੈਗੀ ਹੈ ਕੁਛ ਮਿੰਟ ਲੇਟ ਹੋਣ ਕਰਕੇ, ਕੁਛ ਹੀ ਮਿੰਟ ਜਿਹੜੀ ਲੇਟ ਹੋਣ ਕਰਕੇ ਜਿਹੜੀ ਇੰਟਰੀ ਨਹੀਂ ਹੋਈ ਹੈਗੀ। ਔਰ ਉਹ ਕਾਫੀ ਜਿਹੜਾ ਉਹਨਾਂ ਦੇ ਮਨਾਂ ਦੇ ਵਿੱਚ ਜਿਹੜਾ ਦੁੱਖ ਔਰ ਰੋਸ਼ ਜਿਹੜਾ ਹੈਗਾ ਇੱਥੇ ਪ੍ਰਗਟ ਕੀਤਾ ਜਾ ਰਿਹਾ। ਆਪਾਂ ਦੇਖ ਸਕਦੇ ਕਿ ਜਿਹੜੇ ਬੱਚੇ ਇੱਥੇ, ਭਾਰੀ ਗਰਮੀ ਔਰ ਡੀ ਪੀ ਐੱਸ ਸਕੂਲ ਬਾਰੇ ਆਪਾਂ ਤੁਹਾਨੂੰ ਦੱਸਣਾ ਚਾਹੁੰਦੇ, ਕਾਫੀ ਜੀਰਕਪੁਰ ਦੇ ਡੀਪਲੀ ਦੇ ਵਿੱਚ ਜਿਹੜਾ ਸਕੂਲ ਹੈਗਾ ਕਾਫੀ ਦੂਰ ਪੈਂਦਾ। ਔਰ ਬੱਚਿਆਂ ਦਾ ਕਹਿਣਾ ਕਿ ਉਹ ਟੈਕਸੀਆਂ ਔਰ ਟੈਂਪੂ ਵਗੈਰਾ ਦਾ ਇੰਤਜ਼ਾਮ ਕਰਕੇ ਇੱਥੇ ਪਹੁੰਚੇ ਔਰ ਕਾਫੀ ਲੇਟ ਹੋ ਗਿਆ, ਜਾਮ ਲੱਗਣ ਕਾਰਨ ਜਿਹੜੇ ਲੇਟ ਹੋ ਗਏ। ਔਰ ਇੱਥੇ ਜਿਹੜਾ ਦੱਸਿਆ ਜਾ ਰਿਹਾ ਕਿ ਬੱਚਿਆਂ ਦੇ ਲੇਟ ਹੋਣ ਕਾਰਨ ਜਿਹੜਾ ਉਹਨਾਂ ਨੂੰ ਇੰਟਰੀ ਨਹੀਂ, ਪੇਪਰ ਦੇ ਵਿੱਚ ਜਿਹੜੀ ਇੰਟਰੀ ਨਹੀਂ ਹੋਣ ਦਿੱਤੀ ਗਈ। ਇੱਥੇ ਪ੍ਰਬੰਧਕਾਂ ਦਾ ਕਹਿਣਾ ਹੈਗਾ ਕਿ ਜਿਹੜਾ ਬੋਰਡ ਦੇ ਉੱਪਰ ਜਿਹੜਾ 3:30 ਵਜੇ ਦਾ ਟਾਈਮ ਲਿਖਿਆ ਗਿਆ ਸੀਗਾ, ਪਰ ਬੱਚਿਆਂ ਦਾ ਦੋਸ਼ ਇਹ ਹੈਗਾ ਕਿ ਜਿਹੜੇ ਉਹਨਾਂ ਕੋਲ ਇੰਟਰੀ ਕਾਰਡ ਹੈਗੇ ਆ, ਜਿਹੜੇ ਉਹਨਾਂ ਕੋਲ ਕਾਰਡ ਹੈਗੇ ਆ, ਉਹਦੇ ਦੇ ਵਿੱਚ ਜਿਹੜਾ ਇੰਟਰੀ ਟਾਈਮ ਜਿਹੜਾ ਹੈਗਾ 3:00 ਵਜੇ ਦਾ ਰਿਪੋਰਟਿੰਗ ਔਰ 4:00 ਵਜੇ ਦੀ ਜਿਹੜੀ ਇੰਟਰੀ ਲਿਖੀ ਗਈ ਸੀ। ਆਪਾਂ ਦੇਖ ਸਕਦੇ ਕਿ 3:00 ਵਜੇ ਦੀ ਇੰਟਰੀ ਔਰ 4:00 ਵਜੇ ਦਾ ਟੈਸਟ ਦਾ ਟਾਈਮ ਦਿੱਤਾ ਗਿਆ, ਪਰ ਜਿਹੜਾ ਮੇਨ ਗੇਟ ਹੈਗਾ ਉਹਦੇ 3:30 ਦੱਸਿਆ ਗਿਆ। ਸਾਨੂੰ ਦਿਖਾ ਦੋ, ਅਸੀਂ ਗੱਲ ਮੰਨ ਲਾਂਗੇ ਵੀ ਸਾਡੇ ਕਿਤੇ ਲਿਖਿਆ ਹੋਇਆ ਵੀ 3:30 ਤੋਂ ਬਾਅਦ ਗੇਟ ਬੰਦ ਹੈ, ਚੱਲ ਅਸੀਂ ਮੰਨ ਲਾਂਗੇ ਆਪਦੀ ਗੱਲ ਦੀ। ਅਸੀਂ ਕਿਹੜਾ ਪਹਿਲੀ ਵਾਰੀ ਪੇਪਰ ਦੇਣ ਲੱਗੇ ਹਾਂ, ਐਡਮਿਟ ਕਾਰਡ ਮੈਂ ਕਹੀਂ ਵੀ ਮੈਂਸ਼ਨ ਨਹੀਂ ਹਾਂ, ਆਪਕੋ ਫੋਟੋ। ਤੁਸੀਂ ਕਿੰਨਾ ਲੇਟ ਆਏ ਹੋ? ਮੈਂ ਸਰ ਜਸਟ 1/2 ਸੈਕਿੰਡ ਵੀ ਨਹੀਂ ਲੇਟ ਸੀਗੀ, ਮੇਰੇ ਆਉਂਦੀ ਤੋਂ ਗੇਟ ਕਲੋਜ਼ ਕਰ ਰਹੇ ਸੀ, ਮੈਂ ਭੱਜ ਗਈ ਪਹਿਲਾਂ 3 ਨੰਬਰ ਗੇਟ ਤੇ ਰੁਕੇ, ਉਹ ਕਹਿੰਦੇ 2 ਨੰਬਰ ਤੇ ਜਾਓ, 2 ਨੰਬਰ ਤੇ ਰੁਕੇ, ਉਹ ਕਹਿੰਦੇ 1 ਨੰਬਰ ਤੇ ਜਾਓ, ਇੰਨੇ 'ਚ ਇਹਨੇ ਗੇਟ ਲਾ ਤਾ, ਮੈਂ ਗੇਟ ਲਾ ਰਹੇ ਸੀ ਜਦੋਂ ਮੈਂ ਐਂਟਰ ਹੋਈ ਹਾਂ, ਜਿਹਨਾਂ ਨੇ ਗੇਟ ਨਹੀਂ ਖੋਲਿਆ, ਇੱਥੇ ਸਾਰੇ ਅੰਕਲ ਆ ਕੇ ਸਾਰੇ ਗਵਾਹ, ਮੇਰੇ 10 ਬੰਦੇ ਜਿਨ੍ਹਾਂ ਨੇ ਮੈਨੂੰ ਭੱਜ ਕੇ ਵੀ ਆਉਂਦੀ ਨੂੰ ਵੇਖਿਆ ਤੇ ਇੱਥੇ ਇਹਨਾਂ ਦੀ ਮਿਹਨਤ ਕਰਦੀ ਨੂੰ ਵੀ ਵੇਖਿਆ, ਗੇਟ ਜਦੋਂ ਲੋਕ ਕੁੰਡੀ ਲਾ ਰਹੇ ਸੀ ਕੁੰਡੀ ਦਾ ਖੋਲ ਹੀ ਸਕਦੇ ਸੀ, ਇਹਨਾਂ ਦਾ ਕੋਈ ਇਸ਼ੂ ਹੈ ਹੀ ਨਹੀਂ ਸੀਗਾ ਜਿੰਨਾ ਇਹਨਾਂ ਨੇ ਬਣਾ ਲਿਆ। ਕਿੱਥੋਂ ਆਏ ਹੋ ਤੁਸੀਂ? ਮੈਂ ਫਰੀਦਕੋਟ ਤੋਂ ਆਈ, ਅਸੀਂ ਤੜਕੇ ਸਵੇਰੇ 9 ਵਜੇ ਤੇ ਚੱਲੇ, ਭੁੱਖੇ ਤੇ ਆਏ ਸੀ, ਤੁਹਾਨੂੰ ਰੋਟੀਆਂ ਵੀ ਆਦੀਆਂ ਬੈਗ 'ਚ ਦਿਖਾ ਦਿੰਦੇ, ਅਸੀਂ ਪਾਣੀ ਵੀ ਨਹੀਂ ਪੀਤਾ ਗਾ ਇੱਥੇ ਪਹੁੰਚਣ ਦੇ ਮਾਰੇ ਨੇ, ਤੇ ਉੱਤੋਂ ਆਟੋ ਵਾਲੇ ਉਹਨਾਂ ਨੇ 200-200 ਰੁਪਇਆ ਲਿਆ ਸਾਡੇ ਤੋਂ, ਪਹਿਲਾਂ ਅਸੀਂ ਬੱਸਾਂ 'ਚ ਖੱਜਲ ਖਵਾਰੀ ਕੀਤੀ, ਫਿਰ ਸਰਕਾਰ ਦੀ ਗੱਲ ਵੇਖੋ ਇੰਨੀ ਦੂਰ ਪੇਪਰ ਰੱਖਦੀ ਹੈਗੀ, ਅਸੀਂ ਮੈਂ ਇਕੱਲੀ ਨਹੀਂ ਦੂਰੋਂ ਆਈ, ਮੇਰੇ ਨਾਲ ਦੇ ਦੂਜੇ ਭੈਣ ਭਰਾ ਵੀ ਸਾਰੇ ਦੂਰੋਂ ਆਏ ਹੈਗੇ, ਸਾਰੇ ਸਵੇਰ ਦੇ ਚੱਲੇ ਹੋਏ ਹੈਗੇ, ਜੇ ਸਰਕਾਰ ਨਹੀਂ ਕਿ ਲੋਕਲ ਇਹਨਾਂ ਤੋਂ ਬੰਦੇ ਨਹੀਂ ਗਏ, ਲੋਕਲ ਵੀ ਇਹ ਬਣਾ ਹੀ ਸਕਦੇ ਸੈਂਟਰ, ਹੋਰ ਬਠਿੰਡੇ ਬਣਾ ਲੈਣ, ਲੁਧਿਆਣੇ ਬਣਾ ਲੈਣ, ਪਟਿਆਲੇ ਬਣਾ ਲੈਣ, ਜ਼ਰੂਰਤ ਨਹੀਂ ਵੀ ਚੰਡੀਗੜ੍ਹ, ਜੇ ਪੇਪਰ ਲੈਣਾ ਤਾਂ ਚੰਡੀਗੜ੍ਹ, ਜੇ ਕੋਈ ਟਾਈਪਿੰਗ ਦੇਣੀ ਹੈ ਤਾਂ ਚੰਡੀਗੜ੍ਹ, ਜੇ ਫਿਜੀਕਲ ਉਹ ਤਾਂ ਇੱਥੇ, ਫਿਰ ਬਾਕੀ ਸਕੂਲ ਜਿਹੜੇ ਪਿੰਡਾਂ 'ਚ ਬਣਾਏ, ਫਿਰ ਉੱਥੇ ਸਮਾਰਟ ਸਕੂਲ ਸਾਡਾ ਆਹ ਸਕੂਲ, ਫਿਰ ਉਹ ਵੀ ਨਾ ਬਣਾਉਣ, ਉਹ ਕਾਹਦੇ ਵਾਸਤੇ ਬਣਾਏ ਜੇ ਉੱਥੇ ਕੋਈ ਪੇਪਰ ਹੀ ਨਹੀਂ ਲੈਣਾ ਇਹਨਾਂ ਨੇ, ਉਹ ਵੀ ਇੱਥੇ ਹੀ ਬਣਾ ਲੈਣ ਇੱਕ ਸੈਂਟਰ, ਵੀ ਸਾਰੇ ਪੰਜਾਬ ਦੇ ਸਕੂਲ 'ਚ, ਸਾਰੇ ਪੰਜਾਬ ਦੇ ਬੱਚੇ ਵੀ ਚਲੋ ਇੱਥੇ ਇੱਕ ਸਕੂਲ 'ਚ ਪੜ੍ਹੋ, ਜਿਹੜੇ ਹੁਣ ਸਾਡੇ ਬੱਚੇ ਪਿੰਡਾਂ 'ਚ ਪੜ੍ਹਦੇ, ਫਿਰ ਉਹ ਕਾਹਦੇ ਵਾਸਤੇ ਪਿੰਡਾਂ 'ਚ ਪੜ੍ਹਾਉਂਦੇ, ਫਿਰ ਉਹ ਵੀ ਇੱਥੇ ਹੀ ਪੜ੍ਹਾ ਲੈਣ ਇੱਕ ਸਕੂਲ 'ਚ। ਕਿਸ ਚੀਜ਼ ਦਾ ਟੈਸਟ ਸੀਗਾ ਜੀ ਤੁਹਾਡਾ? ਕਲਰਕ ਦਾ ਪੇਪਰ ਸੀਗਾ ਜੀ ਸਰ, ਟਾਈਪਿੰਗ ਟੈਸਟ ਸੀਗਾ, ਪੇਪਰ ਟਾਈਮ ਟੈਸਟ ਸੀਗਾ। ਉਹ ਦੁਸ਼ਮਣੀ ਹੋਇਆ ਕੌਣ ਜਾਂਦੇ ਜਿਹੜਾ 1/2 ਮਿੰਟ ਲੇਟ ਹੋਇਆ, ਕੋਈ ਗੇਟ ਦਾ ਮੈਂਸ਼ਨ ਬਾਲ ਲੈਂਦੇ ਨੇ, 1 ਮਿੰਟ ਪਹਿਲਾਂ ਬਾਲ ਲੈਂਦੇ, 1 ਮਿੰਟ ਪਹਿਲਾਂ ਬਾਲ ਲੈਂਦੇ, ਇਹ ਪਹਿਲਾ ਚਾਂਸ ਆ ਸਾਰੇ ਸੈਂਟਰ ਲੈਵਲ ਦੇ ਪੇਪਰ ਹੁੰਦੇ ਆ, ਹੋਰ ਪੇਪਰ ਹੁੰਦੇ ਆ, ਸਾਰੇ ਕਲੋਜ਼ਿੰਗ ਟਾਈਮ ਲਿਖਿਆ ਹੁੰਦਾ ਕਿ 1 ਵਜੇ
बेटा ये गल करो दस।